ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮਰ ਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਰਵਰਦ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਹਰ ਰੋਸ ਦੀ ਤਰ੍ਹਾਂ ਹੀ ਲੰਘੇ ਕੱਲ ਪੰਜਾਬ ਦੇ ਵਿੱਚ ਕਾਫੀ ਗਰਮੀ ਸੀ ਲਗਭਗ 42 ਡਿਗਰੀ ਤਾਪਮਾਨ ਉਦਾਂ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਵਿਪਰ ਜੋ ਆਇ ਤੂਫਾਨ ਜਿਹੜਾ ਕਿ ਇਸ ਵੇਲੇ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਹੜ ਵਰਗੀ ਸਥਿਤੀ ਪੈਦਾ ਕਰ ਗਿਆ ਜਿਹੜਾ ਉਸ ਤੋਂ ਪਹਿਲਾਂ ਗੁਜਰਾਤ ਦੇ ਟੱਟ ਨਾਲ ਟਕਰਾ ਕੇ ਉੱਥੇ ਕਾਫੀ ਵੱਡਾ ਨੁਕਸਾਨ ਕਰ ਗਿਆ ਉਹਨੇ ਹੁਣ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਕਈ ਹੋਰ ਥਾਵਾਂ ਦੇ ਉੱਤੇ ਘੱਟ ਜਾਂ ਵੱਧ ਅਸਰ ਦਿਖਾਉਣਾ ਉਹਦੇ ਕਰਕੇ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਖਾਸਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਕਿੰਨਾ ਕੁ ਮੀਂਹ ਪੈਂਦਾ ਕਿੰਨੀ ਖਨੇਰੀ ਆਉਂਦੀ ਆ ਆਉਂਦੀ ਆ ਕਿ ਨਹੀਂ ਆਉਂਦੀ ਆਉਂਦੀ ਆ ਤਾਂ ਕਿੱਥੇ ਆਉਂਦੀ ਆ ਇਹ ਵਕਤ ਨੇ ਬਿਆਨ ਕਰਨਾ ਸੋ ਵਕਤ ਦਸੂਗਾ ਬਣਦਾ ਕੀ ਆ ਪਰ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਗਰਮੀ ਨੇ ਹੁਣ ਥੋੜਾ ਜਿਹਾ ਜ਼ੋਰ ਫੜਿਆ ਜੇ ਮੀਂਹ ਪੈ ਗਿਆ ਚਾਰ ਦਿਨ ਫੇਰ ਥੋੜਾ ਜਿਹਾ ਠੰਡੇ ਨਿਕਲ ਜਾਣੇ ਆ ਸੋ ਇਹ ਹੈ ਜੀ ਕੈਤਕੀ ਮੌਸਮ ਦੀਆਂ ਚਕਾਨੀਆਂ ਬਹੁਤ ਸਾਰੀਆਂ ਦੇਖਣ ਨੂੰ ਮਿਲੀਆਂ ਬਾਕੀ ਕੁਦਰਤ ਦੇ ਰੰਗ ਆ ਕੀ ਤੋਂ ਕੀ ਬਣ ਜੇ ਆਉਂਦੇ ਪਲਾਂ ਦੇ ਵਿੱਚ ਕੁਝ ਕਹਿ ਨਹੀਂ ਸਕਦੇ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਤ ਉਹ ਹੈਗੀ ਹੈ ਜੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਨਾਲ ਸੰਬੰਧਤ ਕਿਉਂਕਿ ਸੂਬੇ ਦੀ ਸਰਕਾਰ ਦੇ ਵੱਲੋਂ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਹਦੇ ਵਿੱਚ ਆਪਾਂ ਜਾਣਦੇ ਜੀ ਕਿ ਸੋਧ ਐਕਟ ਨੂੰ ਹਰੀ ਝੰਡੀ ਦਿੱਤੀ ਗਈ ਹੈ ਹੁਣ ਇਸ ਮਾਮਲੇ ਦੇ ਉੱਤੇ ਰੌਲਾ ਕਾਫੀ ਵਧਿਆ ਤੇ ਹਾਲੇ ਵਧਣਾ ਬਾਕੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬਾਕੀ ਅਧਿਕਾਰੀ ਤੇ ਆਕਾੜੀ ਦਲ ਦੇ ਬਹੁਤ ਸਾਰੇ ਨੇਤਾ ਇਹ ਗੱਲ ਕਹਿੰਦੇ ਵੀ ਸੂਬੇ ਦੀ ਸਰਕਾਰ ਜਾਣਬੁੱਝ ਕੇ ਗੁਰਦੁਆਰਿਆਂ ਦੇ ਕੰਮਕਾਜ ਦੇ ਵਿੱਚ ਦਖਲ ਦੇ ਰਹੀ ਆ ਇਹਨਾਂ ਨੂੰ ਕੋਈ ਵੀ ਅਧਿਕਾਰ ਨਹੀਂ ਇਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਦੇ ਵਿੱਚ ਦਖਲ ਦੇਣ ਦਾ ਉਧਰ ਸੂਬੇ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਭਗਵੰਤ ਜੀ ਹੋਰੀ ਇਹ ਗੱਲ ਕਹਿੰਦੇ ਆ ਕਿ ਗੁਰਬਾਣੀ ਦਾ ਵਪਾਰੀ ਕਰਨ ਕਿਉਂ ਗੁਰਬਾਣੀ ਸਭ ਦੀ ਸਾਂਝੀ ਆ ਤੇ ਕਿਸੇ ਇੱਕ ਟੀਵੀ ਚੈਨਲ ਦੇ ਉੱਤੇ ਕਿਉਂ ਗੁਰਬਾਣੀ ਦੇ ਕਰਕੇ ਤੁਸੀਂ ਟੀਆਰਪੀ ਵਧਾਉਨੇ ਆ ਟੀਆਰਪੀ ਦਾ ਤੁਸੀਂ ਮੁੱਲ ਵਟਦੇ ਆ ਤੇ ਇਸ ਕਰਕੇ ਤੁਹਾਡੇ ਚੈਨਲ ਚੱਲਦੇ ਇਹ ਕਿਉਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਗੁਰਬਾਣੀ ਸਾਰੇ ਟੀਵੀ ਚੈਨਲਾਂ ਦੇ ਉੱਤੇ ਕਿਉਂ ਨਾ ਚੱਲੇ ਟੈਂਡਰ ਕਿਹੜੀ ਗੱਲਾਂ ਜਿਹੜੇ ਆ ਉਹ ਲੈ ਜਾਣ ਇਹ ਟੈਂਡਰਾਂ ਤੋਂ ਉੱਪਰ ਦੀ ਗੱਲ ਆ ਗੁਰਬਾਣੀ ਆ ਜਿਹੜੀ ਮਨੁੱਖਤਾ ਦੀ ਸੇਵਾ ਵਾਲੀ ਆ ਮਨੁੱਖਤਾ ਨੂੰ ਸੇਧ ਦੇਣ ਵਾਲੀ ਆ ਇਸ ਕਰਕੇ ਮਨੁੱਖਤਾ ਦੀ ਸੇਧ ਕੋਈ ਵੀ ਟੀਵੀ ਚੈਨਲ ਆਪਣੇ ਅਦਾਰੇ ਰਾਹੀਂ ਪੇਸ਼ ਕਰ ਸਕਦਾ ਪਰ ਹਾਂ ਸ਼ਰਤਨੀਆਂ ਕਿ ਅੱਧਾ ਘੰਟਾ ਪਹਿਲਾਂ ਗੁਰਬਾਣੀ ਦੇ ਪ੍ਰਸਾਰਣ ਤੋਂ ਤੇ ਅੱਧਾ ਘੰਟਾ ਬਾਅਦ ਗੁਰਬਾਣੀ ਦੇ ਪ੍ਰਸਾਰਣ ਤੋਂ ਕੋਈ ਮਸ਼ਹੂਰੀ ਕੋਈ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾ ਸਕਦੀ ਸੋ ਇਹ ਆਉਂਦੇ ਸਮੇਂ ਦੇ ਵਿੱਚ ਜਿਹੜਾ ਮਤਾ ਅੱਜ ਪਾਸ ਹੋਣਾ ਜਾਂ ਮਤਾ ਲੈ ਕੇ ਆਉਣਾ ਜਿਹੜਾ ਇਹ ਮਤਾ ਹੀ ਰਹਿ ਜਾਣਾ ਜਾਂ ਇਸ ਮਤੇ ਤੋਂ ਕੋਈ ਅਗਲੀ ਗੱਲ ਵੀ ਹੋਊਗੀ ਕਿ ਸੱਚੀ ਮੁੱਚੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਜਿਹੜੀ ਆ ਇਹ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਅਧਿਕਾਰ ਮੈਂ ਤਾਂ ਕਹਣਾ ਉਹਨਾਂ ਦੇ ਕਿਉਂਕਿ ਉਹ ਵੇਚਦੇ ਰਏ ਆ ਉਹ ਕੌਂਟਰੈਕਟ ਕਰਦੇ ਰਹੇ ਆ ਸੋ ਇਸ ਕਰਕੇ ਜਿਹੜਾ ਆਉਂਦੇ ਸਮੇਂ ਦੇ ਵਿੱਚ ਇਹ ਕੌਂਟਰੈਕਟ ਕਿਹਦੇ ਕੋਲੇ ਹੋਊਗਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਮ ਦੇ ਵਿੱਚ ਦਖਲ ਨਹੀਂ ਦਿੱਤਾ ਜਾ ਸਕੂਗਾ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਗੱਲ ਕਹੀ ਹੈ ਵੀ ਇਹ ਤਾਂ ਪਾਰਲੀਮੈਂਟ ਦੇ ਕੰਮ ਕਾਜ ਦਾ ਲੇਖਾ ਜੋਖਾ ਇਹ ਤਾਂ ਉਹਨਾਂ ਦੇ ਅਧਿਕਾਰ ਖੇਤਰ ਦੀ ਗੱਲ ਆ ਤੇ ਇੱਕ ਹੋਰ ਅਧਿਕਾਰੀ ਨੇ ਗੱਲ ਕਹੀ ਹੈ ਉਹ ਕਹਿੰਦੇ ਵੀ ਸੂਬੇ ਦੀ ਸਰਕਾਰ ਕੱਲ ਨੂੰ ਇਹ ਗੱਲ ਕਹੋਗੀ ਵੀ ਭਾਈ ਛੇਤੀ ਛੇਤੀ ਆਪਾਂ ਸ਼੍ਰੋਮਣੀ ਕਮੇਟੀ ਚੋਣਾਂ ਵੀ ਕਰਵਾ ਦਿੰਨੇ ਆ ਤੇ ਫਿਰ ਗੁਰਦੁਆਰਾ ਚੋਣ ਕਮਿਸ਼ਨ ਦਾ ਕੀ ਕੰਮ ਰਹਿ ਜਾਊਗਾ ਉਹਨਾਂ ਨੇ ਕਿਹਾ ਜੀ ਜਿਵੇਂ ਕਿ ਸੂਬੇ ਦੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਪਰ ਕੀ ਭਗਵੰਤਮਾਨ ਸਰਕਾਰ ਦੇ ਵੱਲੋਂ ਆਉਂਦੇ ਸਮੇਂ ਦੇ ਵਿੱਚ ਟੈਂਡਰ ਵਾਲੇ ਝੂਵੜੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਊਗਾ ਕੀ ਆਉਂਦੇ ਸਮੇਂ ਦੇ ਵਿੱਚ ਭਗਵੰਤਮਾਨ ਸਰਕਾਰ ਦੇ ਵੱਲੋਂ ਗੁਰਬਾਣੀ ਜਿਹੜੀ ਕਿ ਸਾਡੀ ਮਾਰਗਦਰਸ਼ਕਾ ਹੈ ਜਿਹਨੂੰ ਅਸੀਂ ਪੜ੍ਹ ਕੇ ਆਪਣਾ ਜੀਵਨ ਸਫਲਾ ਕਰਦੇ ਹਾਂ ਸੁਣ ਕੇ ਆਪਣਾ ਜੀਵਨ ਸਫਲਾ ਕਰਦੇ ਹਾਂ ਉਹ ਕਿਸੇ ਇੱਕ ਟੀਵੀ ਚੈਨਲ ਦੇ ਉੱਤੇ ਨਹੀਂ ਆਊਗੀ ਕੀ ਸੱਚੀ ਮੁੱੱਚ ਜਿਹੜਾ ਮਤਾ ਅਜ ਲਿਆਂਦਾ ਜਾਣਾ ਜਾਂ ਜਿਹੜਾ ਮਤਾ ਪਾਸ ਵੀ ਹੋ ਜੇ ਸੋ ਉਸ ਤੋਂ ਬਾਅਦ ਕੋਈ ਅਗਲੇਰੀ ਗੱਲ ਵੀ ਹੋਊਗੀ ਜਾਂ ਇਹ ਗੱਲ ਇੱਥੇ ਹੀ ਖੜ ਜੂਗੀ ਇਹ ਵਕਤ ਦੇ ਗਰਭ ਦੇ ਵਿੱਚ ਲੁਕੀਆਂ ਹੋਈਆਂ ਗੱਲਾਂ ਚਾਰੇ ਪਾਸੇ ਚਰਚਾ ਇਸੇ ਗੱਲ ਦੀ ਚੱਲ ਰਹੀ ਹੈ ਕੁਝ ਕੁ ਲੋਕਾਂ ਦਾ ਇਹ ਵੀ ਕਹਿਣਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਕੁਝ ਕੁ ਲੋਕਾਂ ਨੇ ਇਹ ਗੱਲ ਕਹਿਣੀ ਹੈ ਕਿ ਭਾਈ ਬਹੁਤ ਲੰਮੇ ਸਮੇਂ ਬਾਅਦ ਇੰਨਾ ਵੱਡਾ ਤੇ ਇੰਨਾ ਬੋਲਡ ਫੈਸਲਾ ਕੋਈ ਸਰਕਾਰ ਕਰ ਰਹੀ ਹੈ ਸੋ ਵਕਤ ਨਸੂਗਾ ਬਣਦਾ ਕੀ ਹੈ ਬਹੁਤ ਸਾਰੇ ਮੁੱਦੇ ਅਦਵਾਟੇ ਰਹਿ ਜਾਂਦੇ ਆ ਕਈ ਮਸਲੇ ਜਿਹੜੇ ਉਹ ਹੱਲ ਵੀ ਹੋ ਜਾਂਦੇ ਆ ਇਹ ਹੱਲ ਹੋਣ ਵਾਲਿਆਂ ਦੇ ਵਿੱਚ ਆ ਜਾਂ ਅਧਵਾਟੇ ਰਹਿਣ ਵਾਲਿਆਂ ਦੇ ਵਿੱਚ ਮੁੱਦਾ ਇਹ ਵਕਤ ਨੇ ਆਪੇ ਬਿਆਨ ਕਰਨਾ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਫਿਰ ਕਰਾਂਗੇ ਟਿੱਪਣੀ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਕੈਬਨਟ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਛੇਤੀ ਹੀ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਪੋਸਟਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਜਿਹਦੇ ਲਈ ਉਮਰ ਸੀਮਾ 37 ਸਾਲ ਤੋਂ ਵਧਾ ਕੇ 42 ਸਾਲ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਾ ਐਕਟ 1925 ਦੇ ਤਹਿਤ ਗਠਿਤ ਕੀਤੇ ਗਏ ਸੀ ਪਰ ਗੁਰਦੁਆਰਾ ਐਕਟ 1925 ਦੇ ਵਿੱਚ ਬ੍ਰਾਡਕਾਸਟ ਜਾਂ ਲਾਈਵ ਟੈਲੀਕਾਸਟ ਦਾ ਕੋਈ ਜ਼ਿਕਰ ਨਹੀਂ ਹੈ ਇਸ ਕਮੇਟੀ ਦੇ ਉੱਤੇ ਸਿਰਫ ਇੱਕ ਪਰਿਵਾਰ ਦਾ ਹੀ ਕਬਜ਼ਾ ਰਿਹਾ ਇਸ ਤੋਂ ਬਾਅਦ ਇੱਕ ਟੈਲੀਵਿਜ਼ਨ ਚ ਕੋਲ ਕੇ ਧਰਮ ਦੇ ਆਧਾਰ ਦੇ ਉੱਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਦੀ ਸੋਚ ਰੱਖੀ ਗਈ ਇਸ ਤਹਿਤ ਸਾਲ 2112 ਦੇ ਵਿੱਚ 11 ਸਾਲ ਦੇ ਲਈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਖਰੀਦੇ ਗਏ ਇਸ ਕਰਕੇ ਲੋਕਾਂ ਨੂੰ ਗੁਰਬਾਣੀ ਸਬੰਧਤ ਵਿਸ਼ੇਸ਼ ਚੈਨਲ ਲਾਉਣ ਦੇ ਲਈ ਮਜਬੂਰ ਕੀਤਾ ਗਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਾ ਤਾਂ ਉਹ ਗੁਰਦੁਆਰਾ ਐਕਟ ਦੇ ਵਿੱਚ ਸੁਧ ਕਰ ਰਹੇ ਨੇ ਨਾ ਹੀ ਪ੍ਰਸਾਰਣ ਸੰਬੰਧੀ ਅਧਿਕਾਰ ਕਿਸੇ ਸਰਕਾਰੀ ਪੱਖ ਨੂੰ ਦਵਾ ਰਹੇ ਨੇ ਨਾ ਹੀ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਕੋਈ ਚੈਨਲ ਹੈ ਜੋ ਉਹ ਉਹਨਾਂ ਨੂੰ ਅਧਿਕਾਰ ਦੇਵਾਉਣਾ ਚਾਹੁੰਦੇ ਹੋਣ ਉਹਨਾਂ ਨੇ ਕਿਹਾ ਕਿ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਖੁੱਲੇ ਮੌਕੇ ਦੇਣ ਦੇ ਹੱਕਦਾਰ ਨੇ ਇੱਕ ਵਿਸ਼ੇਸ਼ ਚੈਨਲ ਦੇ ਬਾਰੇ ਉਹਨਾਂ ਨੇ ਕਿਹਾ ਕਿ ਜਿੱਥੇ ਉਹ ਨਹੀਂ ਚੱਲਦਾ ਉੱਥੇ ਲੋਕ ਗੁਰਬਾਣੀ ਨਹੀਂ ਸੁਣ ਸਕਦੇ ਮਾਨ ਨੇ ਕਿਹਾ ਕਿ ਜੁਲਾਈ 2023 ਦੇ ਵਿੱਚ ਬਾਦਲਾਂ ਦੇ ਚੈਨਲ ਦੇ ਨਾਲ ਐਗਰੀਮੈਂਟ ਖਤਮ ਹੋ ਰਿਹਾ ਪਰ ਜੇ ਪੰਜਾਬ ਸਰਕਾਰ ਨੇ ਹੁਣ ਬਦਲਾਅ ਨਹੀਂ ਕੀਤਾ ਤਾਂ ਗੁਰਬਾਣੀ ਪ੍ਰਸਾਰਣ ਨੂੰ 11 ਸਾਲ ਦੇ ਲਈ ਫੇਰ ਗਿਰਵੀ ਰੱਖ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਮਸੰਦਾਂ ਤੋਂ ਗੁਰਦੁਆਰੇ ਛਡਵਾਏ ਗਏ ਠੀਕ ਉਸੇ ਤਰਜ਼ ਦੇ ਉੱਤੇ ਮਾਡਰਨ ਮਸੰਦਾਂ ਤੋਂ ਪਵਿੱਤਰ ਗੁਰਬਾਣੀ ਛਡਵਾਉਣ ਦੀ ਇਹ ਘੜੀ ਹੈ ਇਸ ਲਈ ਵੱਡੇ-ਵੱਡੇ ਵਕੀਲਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਮੁੱਖ ਮੰਤਰੀ ਮਾਨ ਨੇ ਇਹ ਗੱਲ ਕਹੀ ਕਿ ਸੁਪਰੀਮ ਕੋਰਟ ਦੇ ਉਹ ਆਦੇਸ਼ ਸੁਣਾਏ ਜਾਣ ਜਦੋਂ ਹਰਿਆਣਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਗਠਿਤ ਕੀਤੀ ਜਾ ਰਹੀ ਸੀ ਉਸ ਦੌਰਾਨ ਪੰਜਾਬ ਦੇ ਵਿੱਚ ਐਸਜੀਪੀਸੀ ਨੇ ਇਸ ਨੂੰ ਇੰਟਰਸਟੇਟ ਐਕਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹਨੂੰ ਰਾਜ ਸਰਕਾਰ ਨਹੀਂ ਸਗੋਂ ਉਹੀ ਬਣਾ ਸਕਦੇ ਨੇ ਪਰ ਸੁਪਰੀਮ ਕੋਰਟ ਵੱਲੋਂ ਇਹਨੂੰ ਇੰਟਰਸਟੇਟ ਐਕਟ ਨਹੀਂ ਰਾਜ ਐਕਟ ਦੱਸਿਆ ਗਿਆ ਕਿਹਾ ਗਿਆ ਕਿ ਹਰਿਆਣਾ ਆਪਣੀ ਕਮੇਟੀ ਬਣਾ ਸਕਦਾ ਦਿੱਲੀ ਦੀ ਆਪਣੀ ਹੈ ਤੇ ਪੰਜਾਬ ਆਪਣੀ ਬਣਾ ਸਕਦਾ ਉਹਨਾਂ ਨੇ ਕਿਹਾ ਕਿ ਗੁਰਬਾਣੀ ਕਿਸੇ ਇੱਕ ਚੈਨਲ ਦੀ ਮਤਾਜ ਨਹੀਂ ਹੋਵੇਗੀ ਇਹ ਸਮੂਹ ਸਿੱਖ ਭਾਈਚਾਰੇ ਦੀ ਹੈ ਤੇ ਸਭ ਚੈਨਲਾਂ ਦੇ ਉੱਤੇ ਚੱਲੇਗੀ ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ ਪਹਿਲੀ ਗੱਲ ਤਾਂ ਸਹੀ ਕਹਾਂਗੇ 2 ਦਿਨ ਦਾ ਵਿਧਾਨ ਸਭਾ ਦਾ ਇਹ ਸੈਸ਼ਨ ਆ ਸੈਸ਼ਨ ਦੇ ਸ਼ੁਰੂ ਹੋਣ ਤੋਂ ਕਈ ਦਿਨ ਪਹਿਲਾਂ ਹੀ ਇਸ ਮਾਮਲੇ ਦੇ ਉੱਤੇ ਚੁੰਝ ਚਰਚਾ ਸ਼ੁਰੂ ਹੋ ਗਈ ਕਿਉਂਕਿ ਆਪਾਂ ਜਾਣਦੇ ਹਾਂ ਕਿ ਰਾਜਪਾਲ ਸਾਹਿਬ ਦੇ ਵੱਲੋਂ ਬਨਵਾਰੀ لال ਪ੍ਰੋਹਤ ਸਾਹਿਬ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਚਿੱਠੀ ਲਿਖੀ ਗਈ ਕਿ ਇਸ ਦੋ ਦਿਨਾਂ ਸੈਸ਼ਨ ਦਾ ਏਜੰਡਾ ਕੀ ਆ ਉਹਨਾਂ ਨੇ ਅਗੋਂ ਮੋੜਵਾ ਉੱਤਰ ਭੇਜਿਆ ਰਾਜਪਾਲ ਨੇ ਇਹ ਗੱਲ ਕਹੀ ਕਿ ਜੇਕਰ ਕੋਈ ਮਹੱਤਵਪੂਰਨ ਚਰਚਾ ਦਾ ਵਿਸ਼ਾ ਨਹੀਂ ਹੈ ਤਾਂ ਫਿਰ ਇਹ ਅਗਲੀ ਵਾਰ ਚਰਚਾ ਕਰ ਲੈਂਦੇ ਇਹਦੇ ਲਈ ਦੋ ਦਿਨ ਦਾ ਸੈਸ਼ਨ ਬੁਲਾਉਣ ਦੀ ਕੀ ਤਕਸੀ ਮੈਨੂੰ ਜ਼ਾਤੀ ਤੌਰ ਤੇ ਲੱਗਦਾ ਕਿ ਅੱਜ ਯਾਨੀ ਕਿ ਮੰਗਲਵਾਰ ਨੂੰ ਇੱਕ ਤਾਂ ਗੁਰਦੁਆਰਾ ਐਕਟ ਆ ਜਿਹੜਾ 1925 ਇਹਦੇ ਵਿੱਚ ਸੋਧ ਦਾ ਮਾਮਲਾ ਜਿਹੜਾ ਜਾਂ ਕਹਿ ਦਿੱ ਗਏ ਇਹਦੇ ਤੇ ਏ ਕਰਕੇ ਇਹਦੇ ਵਿੱਚ ਨਵੀਆਂ ਗੱਲਾਂ ਦਰਜ ਕਰਨ ਦਾ ਮਾਮਲਾ ਜਿਹੜਾ ਇਰੇ ਉੱਤੇ ਤੇ ਇੱਕ ਕਿਥਿਤ ਤੌਰ ਦੇ ਉੱਤੇ ਜਗਰਾਵਾਂ ਵਾਲੀ ਕੋਠੀ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਗਿਆ ਕਰਮ ਸਿੰਘ ਹੋਰਾਂ ਦੇ ਵੱਲੋਂ ਸੋ ਉਹਦੇ ਨਾਲ ਸੰਬੰਧਿਤ ਚਰਚਾ ਬਹੁਤ ਵੱਡੇ ਪੱਧਰ ਦੇ ਉੱਤੇ ਹੋਣੀ ਆ ਹੰਗਾਮੇਦਾਰ ਅੱਜ ਦਾ ਦੂਜਾ ਦਿਨ ਤੇ ਆਖਰੀ ਦਿਨ ਚਰਚਾ ਦੇ ਵਿੱਚ ਰਹਿਣਾ ਸੋ ਵਕਤ ਦੱਸੂਗਾ ਬੰਦਾ ਕੀ ਆ ਪਰ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਆ ਗੁਰਬਾਣੀ ਦੇ ਮਾਮਲੇ ਦੇ ਉੱਤੇ ਬਹੁਤ ਵਾਰ ਰਾਜਨੀਤੀ ਹੋਈ ਆ ਗੁਰਬਾਣੀ ਰਾਜਨੀਤੀ ਨਹੀਂ ਸਿਖਾਉਂਦੀ ਗੁਰਬਾਣੀ ਤੁਹਾਨੂੰ ਮਨੁੱਖ ਦੇ ਤੌਰ ਦੇ ਉੱਤੇ ਜੀਵਨ ਸਫਲਾ ਕਰਨ ਦੇ ਲਈ ਤੇ ਗੁਰਬਾਣੀ ਤੁਹਾਨੂੰ ਜ਼ਿੰਦਗੀ ਜਿਉਣ ਦੀ ਤਹਿਜ਼ੀਬ ਸਿਖਾਉਂਦੀ ਆ ਗੁਰਬਾਣੀ ਆ ਜਿਹੜੀ ਉਹ ਤੁਹਾਨੂੰ ਅੰਦਰੋਂ ਨਿਖਾਰਨ ਦਾ ਕੰਮ ਕਰਦੀ ਆ ਤੇ ਸਾਡੀ ਬਦਕਿਸਮਤੀ ਆ ਕਿ ਅਸੀਂ ਗੁਰਬਾਣੀ ਦੇ ਮੁਤਾਬਕ ਕਦੇ ਚੱਲ ਨਹੀਂ ਸਕੇ ਉਹਦੇ ਵਿੱਚ ਅਸੀਂ ਸਾਰੇ ਹੀ ਹੋਂਦੇ ਆ ਪਰ ਅਗਲੀ ਗੱਲ ਇਹ ਆ ਵੀ ਜਿਹੜਾ ਵਪਾਰੀ ਕਰਨਾ ਉਹ ਵੱਖ-ਵੱਖ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਦਾ ਹੋਇਆ ਧਾਰਮਿਕ ਥਾਵਾਂ ਦੇ ਉੱਤੇ ਵੀ ਹੋਇਆ ਤੇ ਕਈ ਗੈਰ-ਧਾਰਮਿਕ ਥਾਵਾਂ ਦੇ ਉੱਤੇ ਵੀ ਹੋਇਆ ਪਰ ਇਹ ਵਕਤ ਨੇ ਬਿਆਨ ਕਰਨਾ ਮੈਂ ਫੇਰ ਇਹ ਗੱਲ ਕਹਿਣਾ ਇਹ ਦਾਵਾ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਅੱਜ ਮਤਾਲ ਲਿਆਂਦਾ ਜਾਊਗਾ ਇਸ ਮਤੇ ਦੇ ਤਹਿਤ ਫਰੀ ਚੰਡੀ ਰੱ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਕਿ ਭਾਈ ਗੁਰਬਾਨੀਆਂ ਜਿਹੜੀ ਉਹ ਸਭ ਚਰਨਾਂ ਨੂੰ ਮਿਲਣੀ ਚਾਹੀਦੀ ਹੈ ਤੇ ਜਿਹੜਾ ਐਕਟ ਆ ਇਹਦੇ ਵਿੱਚ ਸੋਧ ਦੀ ਗੱਲ ਆ ਜਿਹੜੀ ਹੋਣੀ ਚਾਹੀਦੀ ਆ ਪਰ ਇਸ ਸਮੇਂ ਨੇ ਬਿਆਨ ਕਰਦਾ ਕਿ ਇਸ ਤੋਂ ਅਗਲੀ ਕਾਰਵਾਈ ਕੀ ਹੁੰਦੀ ਆ ਅਸੀਂ ਵਿਧਾਨ ਸਭਾ ਦੇ ਵਿੱਚ ਵਕ ਵਕ ਤਰ੍ਹਾਂ ਦੇ ਇਸ ਤੋਂ ਪਹਿਲਾਂ ਵੀ ਬੜੀ ਵਾਰ ਮਤੇ ਪੈਂਦੇ ਤੇ ਪਾਸ ਹੁੰਦੇ ਦੇਖਿਆ ਪਰ ਉਹ ਉੱਥੇ ਹੀ ਰਹਿ ਗਈ ਉਸ ਤੋਂ ਅਗਲੀ ਕਾਰਵਾਈ ਨਹੀਂ ਹੋਈ ਕੀ ਇਸ ਮਾਮਲੇ ਦੇ ਉੱਤੇ ਕੋਈ ਕਾਰਵਾਈ ਹੋਊਗੀ ਕੀ ਸੱਚੀ ਮੁੱਚੀ ਇਹ ਜਿਹੜਾ ਆਪਾਂ ਜਾਣਦੇ ਕੋ ਜੁਲਾਈ ਮਹੀਨੇ ਦੇ ਵਿੱਚ ਇਹ ਜਿਹੜਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਜੋ ਕੰਟਰੈਕਟ ਕੀਤਾ ਗਿਆ ਸੀ ਜਿਹੜੇ ਚੈਨਲ ਨਾਲ ਕੀਤਾ ਗਿਆ ਸੀਗਾ ਉਹ ਸਮਾਪਤ ਹੋ ਜਾਣਾ ਕੰਟਰੈਕਟ ਕਿ ਉਸ ਤੋਂ ਬਾਅਦ ਇਹ ਸੱਚੀ ਮੁੱਚ ਕੋ ਟੈਂਡਰ ਵਾਲੀ ਪ੍ਰਕਿਰਿਆ ਨਹੀਂ ਰਹੂਗੀ ਕਿਉਂਕਿ ਪਿਛਲੇ ਦਿਨੀ ਧਾਮੀ ਸਾਹਿਬ ਨੇ ਗੱਲ ਕਹੀ ਸੀ ਕਿ ਖੁੱਲਾ ਟੈਂਡਰ ਹੋਊਗਾ ਇਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੁਝ ਕਿ ਸ਼ਰਤਾਂ ਹੋਣੀਆਂ ਉਹਦੇ ਤਹਿਤ ਕੋਈ ਵੀ ਅਪਲਾਈ ਕਰ ਸਕਦਾ ਪਰ ਇਹ ਵਕਤ ਦੱਸੂਗਾ ਵੀ ਭਾਈ ਕਿਹਨੂੰ ਇਹ ਮੌਕਾ ਮਿਲਦਾ ਪਰ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਚੈਨਲ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਗੁਰਬਾਣੀ ਨੂੰ ਪਹੁੰਚਾ ਸਕਦਾ ਹੋਵੇ ਉਹਨੂੰ ਪਹਿਲ ਦਿੱਤੀ ਜਾਊਗੀ ਉਹਦੇ ਤਹਿਤ ਤਾਂ ਭਾਈ ਇੱਕੋ ਹੀ ਚੈਨਲ ਆਉਂਦਾ ਸੋ ਬਾਕੀ ਦੇਖਦੇ ਹਾਂ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਇੱਕ ਗੱਲ ਹੋਰ ਦੱਸਣੀ ਬਣਦੀ ਆ ਵੀ ਜਿਸ ਤਰੀਕੇ ਦੇ ਨਾਲ ਕੋਠੀ ਵਾਲਾ ਮਾਮਲਾ ਉਲਗਿਆ ਉਹਦੇ ਵਿੱਚ ਬੀਬੀਆਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਗੱਲ ਦੇ ਉੱਤੇ ਦੁੱਖ ਆ ਸਾਨੂੰ ਉਹ ਜਿਹੜੀਆਂ ਨੂੰ ਸੱਸ ਆਈਆਂ ਹੋਈਆਂ ਵਿਚਾਰੀਆਂ ਬਿਲਕ ਰਹੀਆਂ ਇੱਥੇ ਆ ਕੇ ਉਹ ਇੱਕ ਬਹੁਤ ਵੱਡੀ ਉਦਾਹਰਨ ਆ ਵੀ ਭਾਈ ਪੰਜਾਬ ਦੇ ਵਿੱਚ ਆ ਕੇ ਐਨ ਆਰ ਆਈ ਭੈਣਾ ਵੀ ਇੱਥੇ ਪੈਸਾ ਨਿਵੇਸ਼ ਕਰਨ ਜਾਂ ਫਿਰ ਨਾ ਕਰਨ ਉਹਨਾ ਬੀਬੀਆਂ ਨੂੰ ਦੇਖ ਕੇ ਆਪਦੀਆਂ ਭੈਣਾਂ ਆਪਣੀ ਮਾਂ ਵੀ ਚੇਤੇ ਆਉਂਦੀ ਸਭ ਨੂੰ ਤੇ ਇਹ ਵੀ ਡਰ ਸਤਾਉਂਦਾ ਪਿਆਰ ਕਿਤੇ ਸਾਡੀ ਜਗ੍ਹਾ ਦੇ ਉੱਤੇ ਸਾਡੀ ਦੁਕਾਨ ਦੇ ਉੱਤੇ ਸਾਡੇ ਮਕਾਨ ਦੇ ਉੱਤੇ ਵੀ ਕਬਜ਼ਾ ਨਾ ਹੋ ਜਾਏ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਤੁਹਾਡੀ ਕੋਠੀ ਦੇ ਉੱਤੇ ਤੁਹਾਡੇ ਮਕਾਨ ਦੇ ਉੱਤੇ ਤੁਹਾਡੀ ਜ਼ਮੀਨ ਦੇ ਉੱਤੇ ਤੁਹਾਡੇ ਸਕੂਟਰ ਦੇ ਉੱਤੇ ਤੁਹਾਡੀ ਕਾਰ ਦੇ ਉੱਤੇ ਤੁਹਾਡੀ ਕੋਈ ਵੀ ਬੱਸ ਟਰੱਕ ਦੇ ਉੱਤੇ ਕੋਈ ਕਬਜ਼ਾ ਕਰ ਲਵੇ ਕਹੇ ਵੀ ਇਹ ਮੇਰਾ ਅੱਜ ਤੋਂ ਬਾਅਦ ਜੋ ਤੂੰ ਕਰ ਨਾ ਕਰ ਲਾ ਤੂੰ ਜਾਣਦਾ ਨਹੀਂ ਮੇਰੀ ਪਹੁੰਚ ਕਿੱਥੋਂ ਤੱਕ ਆ ਫਿਰ ਤੁਹਾਡੇ ਮਨ ਦੇ ਉੱਤੇ ਕੀ ਬੀਤੂਗੀ ਜਿਹੜੀ ਤੁਹਾਡੇ ਮਨ ਦੇ ਉੱਤੇ ਬੀਤੂਗੀ ਉਹੀ ਇਸ ਵੇਲੇ ਮਾਤਾ ਅਮਰਜੀਤ ਕੌਰ ਦੇ ਮਨ ਦੇ ਉੱਤੇ ਬੀਤਦੀ ਹੋਣੀ ਆ ਉਹ ਮਾਤਾ ਅਮਰਜੀਤ ਕੌਰ ਤੇ ਉਹਨਾਂ ਦੀ ਨੂੰਹ ਰਾਣੀ ਕੁਲਦੀਪ ਕੌਰ ਜਿਹੜੀਆਂ ਕਿ ਕੈਨੇਡਾ ਦੇ ਵਿੱਚੋਂ ਆਈਆਂ ਜਿਹਨਾਂ ਦੀ ਕੋਠੀ ਦੇ ਉੱਤੇ ਕਬਜ਼ਾ ਹੋ ਗਿਆ ਇਹ ਬਿਲਕੁਲ ਉਹੀ ਪੀੜ ਹੰਡਾਰੀਆਂ ਹੋਣੀਆਂ ਜੇਕਰ ਸਾਡੀ ਚੀਜ਼ ਦੇ ਉੱਤੇ ਕਬਜ਼ਾ ਹੋ ਜੇ ਉਹੀ ਅਸੀਂ ਹੰਡਾਵਾਂਗੇ ਉਹਨਾਂ ਦੀ ਬਾਹ ਕੋਈ ਨਹੀਂ ਫੜ ਰਿਆ ਆ ਹੁਣ ਇੱਕ ਨਵੀਂ ਝਟੜਾਤੀ ਆ ਅਖੇ ਜੀ ਅਸ਼ੋਕ ਕੁਮਾਰ ਆ ਜਿਹੜਾ ਧੋਖਾ ਕਰ ਗਿਆ ਅਸ਼ੋਕ ਕੁਮਾਰ ਤੇ ਪਰਚਾ ਹੋ ਗਿਆ ਨਵੇਂ-ਨਵੇਂ ਡਰਾਮੇ ਜੇ ਸੂਬੇ ਦੀ ਸਰਕਾਰ ਚਾਹੇ ਦਿਨ ਦੋ ਨਹੀਂ ਲੱਗਦੇ ਇਸ ਮਸਲੇ ਦੇ ਵਿੱਚ ਦੋ ਵੀ ਬਹੁਤ ਦੂਰ ਦੀ ਗੱਲ ਆ ਇੱਕ ਘੰਟੇ ਦਾ ਵੀ ਸ਼ਾਇਦ ਦਾ ਦੋ ਘੰਟੇ ਦਾ ਕੰਮ ਹੋਵੇ ਇਹ ਕਿੰਨੀ ਕ ਵੱਡੀ ਗੱਲ ਆ ਵੀ ਭਾਈ ਇਹ ਤਾਂ ਕੋਈ ਫਾਈਲਾਂ ਫਰੋਲਣੀਆਂ ਦੁਨੀਆ ਭਰ ਦੀਆਂ ਵੀ ਅਮਰੀਕਾ ਦੇ ਨਾਲ ਜਾਂ ਹੋਰ ਦੇਸ਼ਾਂ ਦੇ ਨਾਲ ਜੋ-ਜੋ ਆਪਣੇ ਪਤਾ ਨਹੀਂ ਕਿਹੋ ਜਿਹੇ ਕਾਰੋਬਾਰੀ سلسلے ਹੈਗੇ ਆ ਵੀ ਭਾਈ ਉਹ ਆਪਾਂ ਪਹਿਲਾਂ ਵਿੱਚੋਂ ਨੋਟ ਕਰਨੇ ਆ ਵੀ ਪਤਾ ਨਹੀਂ ਕਿੰਨੀਆਂ ਕੁ ਸਦੀਆਂ ਪਹਿਲਾਂ ਦੇ ਸਮਝੌਤੇ ਹੋਏ ਆ ਇਹ ਕੋਈ ਇਦਾਂ ਦੀਆਂ ਫਾਈਲਾਂ ਚੈੱਕ ਕਰਨ ਵਾਲੀ ਗੱਲ ਨਹੀਂ ਇੱਥੇ ਦੋ ਪਟੇ ਪਏ ਹੁਣ ਇੱਕ ਦੇ ਤੇ ਦੋ ਪਏ ਹੁਣ ਇੱਕ ਦੇ ਤੇ ਸਾਰਾ ਕੁਝ ਉਹਨਾਂ ਨੇ ਲਿਆ ਕੇ ਮੂਰੇ ਰੱਖ ਦੇਣਾ ਵੀ ਭਾਈ ਆ ਅਸੀਂ ਕੀਤਾ ਤੇ ਆ ਅਸੀਂ ਕੀਤਾ ਪਰ ਹੱਕ ਕਰਨ ਦਾ ਇਰਾਦਾ ਹੋਵੇ ਸਹੀ ਮੈਂ ਨਹੀਂ ਕਹਿੰਦਾ ਵੀ ਪਾਈ ਕਿਸੇ ਨਾਲ ਧੱਕਾ ਹੋਵੇ ਜੀ ਦੀ ਵੀ ਕੋਠੀ ਹੈ ਉਹਨੂੰ ਚਾਬੀਆਂ ਸੌਂਪ ਦਿੱਤੀਆਂ ਜਾਣ ਤੇ ਜਿਨੇ ਧੋਖਾ ਕੀਤਾ ਜਾਲੀ ਬੰਦੇ ਖੜੇ ਕਰ ਕਰਕੇ ਜਿਨ੍ਹਾਂ ਨੇ ਪਾਵਰ ਆਫ ਟੋਰਨੀਆਂ ਲੈ ਲਈਆਂ ਤੇ ਜਿਨ੍ਹਾਂ ਨੇ ਰਜਿਸਟਰੀਆਂ ਕਰਵਾ ਲਈਆਂ ਉਹਨਾਂ ਬੰਦਿਆਂ ਨੂੰ ਸਿੱਧੇ ਕਰਨਾ ਚਾਹੀਦਾ ਇਹ ਇੱਕ ਉਦਾਹਰਨ ਸੈੱਟ ਕਰਨ ਦਾ ਵੇਲਾ ਜੇ ਸੂਬੇ ਦੀ ਸਰਕਾਰ ਨੇ ਉਦਾਹਰਨ ਸੈੱਟ ਕਰਤੀ ਵੀ ਭਾਈ ਐਨ ਆਰ ਆਈ ਭੈਣੋ ਵੀਰੋ ਪ੍ਰਵਾਹ ਨਾ ਕਰੋ ਤੁਹਾਡੀ ਕੋਠੀ ਆ ਜਿਹੜੀ ਉਹ ਬਿਲਕੁਲ ਓਮੇ ਦੀ ਓਮੇ ਆ ਉਹਦੇ ਵਿੱਚ ਇੱਕ ਜਿਹੇ ਮੇਖ ਗੱਡ ਕੇ ਵੀ ਕਿਸੇ ਨੇ ਮੋਰੀ ਕੀਤੀ ਆਪਣੀ ਮਰਜ਼ੀ ਦੇ ਨਾਲ ਉਹਦੇ ਲਈ ਅਸੀਂ ਜਵਾਬ ਦੇ ਆ ਅਸੀਂ ਠੀਕ ਕਰਾਂਗੇ ਉਹਦੇ ਕੋਲੋਂ ਕਰਵਾਵਾਂਗੇ ਜਿਨੇ ਆ ਕਰਤੂਤ ਕੀਤੀ ਆ ਤਾਂ ਫਿਰ ਐਨ ਆਰ ਆਈ ਭੈਣ ਭਰਾ ਬਾਗੋ ਬਾਗਾ ਪਰ ਜੇ ਉਹ ਵਿਲਕਦੇ ਰਹਿਣਗੇ ਇੱਥੇ ਆ ਕੇ ਤੇ ਫਿਰ ਇੱਥੇ ਕਿਹਨੇ ਪੂੰਜੀ ਨਿਵੇਸ਼ ਕਰਨਾ ਕਿਹਨੇ ਇੱਥੇ ਹੋਰ ਜਗ੍ਹਾ ਜਗ੍ਹਾ ਲੈਣੀ ਆ ਕਿਹਨੇ ਇੱਥੇ ਜ਼ਮੀਨਾਂ ਲੈਣੀਆਂ ਬੰਦਾ ਕਹਿੰਦਾ ਨਿਬੇੜ ਕੇ ਕੰਮ ਨਿਕਲੋ ਇੱਥੋਂ ਜਿਹੜਾ ਕੋਈ ਜਿੱਥੇ ਹੈਗਾ ਉਹ ਵੀ ਪਾਈ ਨਵੇੜ ਕੇ ਨਿਕਲ ਗਏ ਪਤਾ ਕੋਈ ਨਹੀਂ ਕਿ ਸਾਡੇ ਵਾਲੀ ਚੀਜ਼ ਤੇ ਕਦੋਂ ਕਬਜ਼ਾ ਹੋਜੂ ਐਨਆਰਆਈ ਭੈਣਾ ਵੀਰ 20 ਦਿਨ ਦੇ ਲਈ ਮਹੀਨੇ ਲਈ ਡੇਢ ਮਹੀਨੇ ਲਈ ਆਉਂਦੇ ਆ ਉਹਨਾਂ ਨੇ ਪਹਿਲਾਂ ਹੀ ਤੈਅ ਕੀਤਾ ਹੁੰਦਾ ਜੀ ਕਿ ਅਸੀਂ ਇੰਨੀ ਤੋਂ ਇੰਨੀ ਤਰੀਕ ਤੱਕ ਆ ਕੰਮ ਕਰਨਾ ਇੰਨੀ ਤੋਂ ਇੰਨੀ ਤਰੀਕ ਤੱਕ ਆ ਕੰਮ ਕਰਨਾ ਉਹ ਕੰਮ ਛੱਡ ਕੇ ਆਉਂਦੇ ਆ ਟਿਕਟਾਂ ਲਾ ਕੇ ਆਉਂਦੇ ਆ ਪੰਜਾਬ ਦੇ ਪ੍ਰਤੀ 모ਹ ਹੈ ਤਾਂ ਕਰਕੇ ਆਉਂਦੇ ਆ ਗਲੀਆਂ ਪ੍ਰਤੀ 모ਹ ਹੈ ਤਾਂ ਕਰਕੇ ਆਉਂਦੇ ਆ ਅਸੀਂ ਉਹਨਾਂ ਦਾ 모ਹ ਨਾ ਤੋੜਗੇ ਅਸੀਂ ਉਹਨਾਂ ਪੰਜਾਬ ਨਾਲੋਂ ਦਾ ਤੋੜੀਏ ਤੇ ਹੁਣ ਤੋੜਨ ਵਾਲੀ ਇੱਕ ਹੋਰ ਧਾਰਨਾ ਗਈ ਆ ਗੁਰਮਖ ਸਿੰਘ ਨਾਂ ਦਾ ਇੱਕ ਵਿਅਕਤੀ ਆ ਇਹ ਅਮਰੀਕਾ ਦੇ ਸ਼ਹਿਰ ਸਿਆਟਲ ਦੇ ਵਿੱਚ ਰਹਿੰਦਾ ਇਹਨੇ ਦੋਸ਼ ਲਾਏ ਆ ਦੋਸ਼ਾਂ ਦੇ ਆਧਾਰ ਦੇ ਉੱਤੇ ਪਰਚਾ ਦਰਜ ਹੋਇਆ ਖਰੜ ਦੇ ਵਿੱਚ ਸਕਾਈ ਲਾਰਕ ਨਾਂ ਦੀ ਇੱਕ ਕੰਪਨੀ ਆ ਇਹਦੇ ਕੋਲੇ ਜਿਹੜੇ ਆ ਇਹ ਕਿਉਂਕਿ ਸਰ ਦਾ ਪੁੱਜਦਾ ਜਿਹੜਾ ਪ੍ਰਵਾਸੀ ਵੀਰ ਆ ਸਾਡਾ ਹੈ ਇੱਥੋਂ ਦਾ ਪਰ ਅਮਰੀਕਾ ਦੇ ਵਿੱਚ ਰਹਿੰਦਾ ਸਾਡਾ ਵੀਰ ਇਹਦੇ ਵੱਲੋਂ ਕਈ ਫਲੈਟ ਕਈ ਜਿਹੜੀਆਂ ਦੇ ਕੋਲੇ ਹੋਰ ਪ੍ਰਾਪਰਟੀ ਆ ਇਹਦੇ ਕੋਲੇ ਪਲਾਟ ਆ ਇਹਦੇ ਕੋਲੇ ਸ਼ੋਪਿੰਗ ਮਾਲ ਆ ਇਹਦੇ ਕੋਲੇ ਦੁਕਾਨਾਂ ਇਹ ਦੇਗਾ ਜੀ ਅਮਰੀਕ ਸਿੰਘ ਨਾਂ ਦੇ ਇੱਕ ਬੰਦੇ ਨੂੰ ਟੇਕ ਕੇਅਰ ਕਰਨ ਦੇ ਲਈ ਜ਼ਿੰਮੇਵਾਰੀ ਨਿਭਾਉਣ ਦੇ ਲਈ ਵੀ ਭਾਈ ਤੈਨੂੰ ਜੇਬ ਖਰਚਾ ਦੇਵਾਂਗੇ ਜਾਂ ਜੋ ਵੀ ਉਹਨਾਂ ਦੀ ਲੈਣ ਦੇਣ ਹੋਇਆ ਹੋਊਗਾ ਵੀ ਤੂੰ ਭਾਈ ਸਾਰਾ ਕੁਝ ਸੰਭਾਲ ਲੈਣਾ ਹੁਣ ਗੁਰਮukh ਸਿੰਘ ਦੇ ਵੱਲੋਂ ਲਾਇਏ ਗਏ ਦੋਸ਼ਾਂ ਦੇ ਮੁਤਾਬਕ ਅਮਰੀਕ ਸਿੰਘ ਨੇ ਆਪਣੀ ਵੌਟੀ ਦੇ ਨਾਲ ਤੇ ਕੁਝ ਹੋਰ ਲੋਕਾਂ ਨਾਲ ਮਿਲ ਕੇ ਜਾਲੀ ਦਸਤਾਵੇਜ਼ ਉਹਦੀ ਪ੍ਰਾਪਰਟੀ ਦੇ ਤਿਆਰ ਕੀਤੇ ਕੁਝ ਪ੍ਰਾਪਰਟੀ ਵੇਚਤੀ ਕਰੋੜਾ ਰੁਪਏ ਦੀ ਕੁਝ ਦੇ ਉੱਤੇ ਲੋਨ ਲੈ ਲਿਆ ਹੁਣ ਜਿਹੜਾ ਲੋਨ ਲੈ ਲਿਆ ਉਹਨਾਂ ਨੇ ਉਦੀ ਕਿਸ਼ਤਮੀ ਤਾਰਨੇ ਤੇ ਬੈਂਕ ਵਾਲੇ ਜਿਹੜੇ ਆ ਉਹ ਜਾਇਦਾਦ ਕੁਰਕ ਕਰਨ ਵਾਸਤੇ ਆ ਗਏ ਆ ਹੁਣ ਅਚਾਨਕ ਰੂਟੀਨ ਦੇ ਵਿੱਚ ਗੁਰਮਖ ਸਿੰਘ ਵੀ ਇੱਥੇ ਆਇਆ ਹੋਇਆ ਤੇ ਉਹ ਦੰਗ ਰਹਿ ਗਿਆ ਬੈਂਕ ਵਾਲੇ ਕਹਿੰਦੇ ਆਪਾਂ ਕੋਨੇ ਤਾਂ ਅਮਰੀਕ ਸਿੰਘ ਵੀ ਥਾ ਉਹ ਕਹਿੰਦਾ ਮੇਰੀ ਥਾ ਉਹ ਕਹਿੰਦੇ ਤੁਹਾਡੀ ਹੈ ਨਹੀਂ ਕੀ ਆਹ ਦੇਖ ਲਓ ਜੀ ਕਾਗਜ਼ ਬੋਲਦੇ ਆ ਹੁਣ ਗੁਰਮਖ ਸਿੰਘ ਦੀ ਸ਼ਿਕਾਇਤ ਦੇ ਉੱਤੇ ਪਰਚਾ ਦਰਜ ਹੋਇਆ ਪੁਲਿਸ ਕਈ ਹੋਰਾਂ ਦੇ ਉੱਤੇ ਇਨਕੁਆਇਰੀ ਕਰ ਰਹੀ ਹੈ ਪਰਚਾ ਸ਼ਾਇਦ ਉਧਰ ਵੀ ਦਰਜ ਹੋਵੇ ਜੇ ਕਿਤੇ ਗੁਰਮਖ ਸਿੰਘ ਵਰਗੇ ਜੇ ਬੀਬੀ ਅਮਰਜੀਤ ਕੌਰ ਵਰਗੇ ਜੇ ਕੁਲਦੀਪ ਕੌਰ ਵਰਗੇ ਲੋਕ ਇਵੇਂ ਤਰਲੇ ਮਾਰਦੇ ਰਹਿਣਗੇ ਇੱਥੇ ਜਗ੍ਹਾ ਲਾਊਗਾ ਕੌਣ ਸਵਾਲਾਂ ਦਾ ਸਵਾਲ ਇਹ ਆ ਮੇਰਾ ਇੱਕ ਜਾਣਕਾਰ ਆ ਉਹਨੇ ਆ ਗੱਲਾਂ ਦਾ ਇਨਾ ਪ੍ਰਭਾਵ ਕਬੂਲਿਆ ਵੀ ਉਹਨੇ ਤੋਬਾ ਹੀ ਕਰ ਲਈ ਉਹ ਕਹਿੰਦਾ ਬਾਈ ਜੀ ਅਸੀਂ ਨਹੀਂ ਇੱਥੇ ਕੋਈ ਚੀਜ਼ ਲੈਣੀ ਅਸੀਂ ਤਾਂ ਬਾਈ ਅੱਗੇ ਆਉਂਦੇ ਸੀ ਸਾਲ ਬਾਅਦ ਹੁਣ ਅਸੀਂ 2-4 ਸਾਲਾਂ ਬਾਅਦ 5 ਸਾਲਾਂ ਬਾਅਦ ਦੇਖਿਆ ਕਰਾਂਗੇ ਕੱਲੇ ਆ ਜਾ ਕਰਾਂਗੇ ਟੱਬਰ ਨੂੰ ਨਹੀਂ ਲੈ ਕੇ ਆਵਾਂਗੇ ਕੀ ਪਤਾ ਇੱਥੇ ਸਾਡੇ ਆਉਂਦਿਆਂ ਨੂੰ ਕੀ ਹੋਇਆ ਪਿਆ ਹੋਣਾ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾਗਾ ਅਸੀਂ ਦਿਹਾੜੀਆਂ ਬਾਹਰਲੇ ਮੁਲਕ ਦੇ ਵਿੱਚ ਲਾਵਾਂਗੇ ਕਿ ਇੱਥੇ ਲੜਾਈ ਲੜਾਂਗੇ ਇੱਥੇ ਤਾਂ ਜੇ ਕਿਸੇ ਪੁਲਿਸ ਮੁਲਾਜ਼ਮ ਕੋਲੇ ਜਾਣੇ ਉਹ ਅੱਗੇ ਫਾਈਲ ਪੈਈ ਦਿੰਦਾ ਉਹਨੂੰ ਮਿਲਦੇ ਆ ਉਹ ਅੱਗੇ ਫਾਈਲ ਪੈਈ ਦਿੰਦਾ ਉਹਨੂੰ ਮਿਲਣ ਜਾਣੇ ਉਹ ਹੈ ਹੀ ਨਹੀਂ ਅੱਜ ਉਹ ਕਿਸੇ ਨੇਤਾ ਕੋਲੇ ਪੈਈ ਦਿੰਦੇ ਆ ਨੇਤਾ ਗਾਂਹ ਪੈਈ ਦਿੰਦੇ ਆ ਗਾਂਹ ਸੀ ਪ੍ਰੈਸ ਕੋਲੇ ਜਾਣੇ ਆ ਪ੍ਰੈਸ ਮੁੱਦਾ ਚੁੱਕ ਲੈਂਦੀ ਇੱਥੇ ਰਾਜਨੀਤੀ ਬਣ ਜਾਂਦੀ ਆ ਸਾਡਾ ਕਸੂਰ ਕੀ ਆ ਉਹਨੇ ਮੇਰੇ ਮਿੱਤਰ ਨੇ ਗੱਲ ਕਹੀ ਆ ਉਹ ਕਹਿੰਦਾ ਜੀ ਮੈਂ ਇੰਗਲੈਂਡ ਦੇ ਵਿੱਚ ਰਹਿਣਾ ਮੈਨੂੰ ਲਗਭਗ 20 22 ਸਾਲ ਹੋ ਗਏ ਆ ਉਹ ਕਹਿੰਨ ਜੀ ਮੈਂ ਸੋਚਿਆ ਸੀ ਕਿ ਚੰਡੀਗੜ੍ਹ, ਮੁਹਾਲੀ, ਜ਼ੀਰਕਪੁਰ ਜਾਂ ਖਰੜ ਦੇ ਵਿੱਚ ਮੈਂ ਇੱਕ ਨਾ ਫਲੈਟ ਲੈ ਲੈਣਾ ਦੋ ਕਮਰਿਆਂ ਵਾਲਾ ਜਾਂ ਤਿੰਨ ਕਮਰਿਆਂ ਵਾਲਾ ਉਹਦਾ ਵੀ 40-50 55 ਲੱਖ ਰੁਪਏ ਆਊਗਾ ਤੇ ਮੈਂ ਇਹਨੂੰ ਕਿਰਾਇਤ ਦੇ ਦੇਣਾ ਇਹਦੀ ਜਿਹੜੀ 20-25 ਹਜ਼ਾਰ ਰੁਪਏ ਕਿਸ਼ਤ ਆਇਆ ਕਰੂਗੀ ਉਹਦੇ ਨਾਲ ਬੈਂਕ ਦੀ ਕਿਸ਼ਤ ਨਿਕਲ ਜਾ ਕਰੂਗੀ ਤੇ ਚਲੋ ਇੱਕ ਦਿਨ ਚੀਜ਼ ਆਪਦੀ ਬਣ ਜਾਊਗੀ ਉਹਦੀ ਇਹ ਸੋਚ ਸੀ ਪਰ ਜਿਸ ਦਿਨ ਤੋਂ ਜਗਰਾਉਂ ਵਾਲੀ ਕੋਠੀ ਦਾ ਰੌਲਾ ਪਿਆ ਜਿਸ ਦਿਨ ਤੋਂ ਖਰੜ ਵਾਲੀ ਜ਼ਮੀਨ ਜਾਇਦਾਦ ਦਾ ਰੌਲਾ ਪਿਆ ਉਹਨੇ ਹੱਥੀ ਜੋੜ ਤੇ ਮੈਨੂੰ ਕਹਿੰਦਾ ਬਾਈ ਜੀ ਭੁੱਲ ਕੇ ਵੀ ਨਹੀਂ ਲੈਂਦਾਗਾ ਭਾਵੇਂ ਮੈਨੂੰ ਅੱਧੇ ਮੋੜ ਤੇ ਵੀ ਚੀਜ਼ ਮਿਲਦੀ ਹੋਵੇ ਮੈਂ ਨਹੀਂ ਇੱਥੇ ਲੈਂਦਾ ਕਿ ਮੈਂ ਕਿਹਾ ਕਿਉਂ ਕਹਿੰਦਾ ਭਾਈ ਜੀ ਮੇਰੇ ਕੋਲੇ ਨਾ ਟਾਈਮ ਕਿੱਥੇ ਵੀ ਭਾਈ ਮੈਂ ਵੀ ਇੱਥੇ ਪ੍ਰੈਸ ਕਾਨਫਰੰਸਾਂ ਕਰਦਾ ਫਿਰਾਂ ਮੇਰੀ ਜਾਇਦਾਦ ਦੇ ਉੱਤੇ ਕੌਣ ਕਬਜ਼ਾ ਕਰ ਲੇ ਮੇਰੇ ਫਲੈਟ ਤੇ ਕੌਣ ਕਬਜ਼ਾ ਕਰ ਲੇ ਛੜਵਾਉ ਕੌਣ ਬਾਅਦ ਵਿੱਚ ਨਾ ਕਿਸੇ ਮੰਤਰੀ ਨੇ ਲੱਭਣਾ ਨਾ ਕਿਸੇ ਅਧਿਕਾਰੀ ਨੇ ਬਾਹ ਫੜਨੀ ਆ ਤੇ ਜੇਕਰ ਤੇ ਕਿਸੇ ਵਿਧਾਇਕ ਨੇ ਕਬਜ਼ਾ ਕਰ ਲਿਆ ਤੇ ਫਿਰ ਤਾਂ ਭੁੱਲ ਜੋ ਗੱਲ ਖਤਮ ਹੋ ਗਈ ਫਿਰ ਮੈਂ ਅਦਾਲਤ ਜਾਊਂਗਾ ਅਦਾਲਤ ਦੇ ਵਿੱਚ ੱਡੀਆਂ ਰਗੜਦਾ ਫਿਰੂੰਗਾ ਤੇ ਫਿਰ ਪਤਾ ਨਹੀਂ ਮੇਰਾ ਕੀ ਧੋਕੀ ਬਣੂਗਾ ਸੋ ਇੱਕ ਉਦਾਹਰਨ ਸੈੱਟ ਕਰਨੀ ਚਾਹੀਦੀ ਸੂਬੇ ਦੀ ਸਰਕਾਰ ਨੂੰ ਕਿ ਆ ਟੰਗ ਤੇ ਜਿਨ੍ਹਾਂ ਨੇ ਆ ਗਲਤ ਕੰਮ ਕੀਤਾ ਸੀ ਆ ਛੱਡੇ ਨਹੀਂ ਅਸੀਂ ਭਾਵੇਂ ਸਾਡੀ ਪਾਰਟੀ ਵਾਲੇ ਭਾਵੇਂ ਬਗਾਨੀ ਪਾਰਟੀ ਵਾਲੇ ਆ ਭਾਵੇਂ ਕੋਈ ਰਸੂਖਦਾਰ ਬੰਦਾ ਭਾਵੇਂ ਕੋਈ ਗੈਰ ਰਸੂਖਦਾਰ ਬੰਦਾ ਇੱਕ ਉਦਾਹਰਨ ਸੈੱਟ ਕਰਨੀ ਪਊਗੀ ਜੇਕਰ ਅਸੀਂ ਚਾਹੁੰਦੇ ਆ ਕਿ ਐਨ ਆਰ ਆਈ ਪੈਣਾ ਵੀਰਾਂ ਜਿਹੜੇ ਉਹ ਪੰਜਾਬ ਦੇ ਵਿੱਚ ਆ ਕੇ ਪੂੰਜੀ ਨਿਵੇਸ਼ ਕਰਨ ਤੇ ਵਾਰ-ਵਾਰ ਪੰਜਾਬ ਦੇ ਵਿੱਚ ਆਉਂਦੇ ਰਹਿਣ ਇੱਕ ਰਿਪੋਰਟ ਆਈ ਆ ਬੜਾ ਕੁਝ ਸੋਚਣ ਵਿਚਾਰਨ ਦੇ ਲਈ ਮਜਬੂਰ ਕਰਦੀ ਆ ਉਹਦੀ ਜਦੋਂ ਤੁਲਨਾ ਕਰਕੇ ਦੇਖਦੇ ਆ ਤਾਂ ਬਹੁਤ ਕੁਝ ਮਨ ਦੇ ਵਿੱਚ ਆਉਂਦਾ ਜਦੋਂ ਅਸੀਂ ਕਾਲਜ ਦੇ ਵਿੱਚ ਪੜਨਾ ਸ਼ੁਰੂ ਕੀਤੇ ਸੀ ਉਸ ਵਕਤ ਨਾ ਜਦੋਂ 55 60 ਫੀਸਦੀ ਜਕਰ ਨੰਬਰ ਆਉਂਦੇ ਸੀ ਤਾਂ ਉਹ ਵੀ ਕਿਸਮਤ ਚੰਗੀ ਬੰਨੀ ਜਾਂਦੀ ਸੀ ਵੀ ਯਾਰ ਸਾਨੂੰ ਬੀਏ ਦੇ ਵਿੱਚ ਦਾਖਲਾ ਮਿਲ ਗਿਆ ਸੀਟਾਂ ਘੱਟ ਸੀ ਤੇ ਭਾਈ ਉਹਦਾ ਵਿਦਿਆਰਥੀ ਵੱਧ ਸੀ ਅੱਜ ਵਿਦਿਆਰਥੀ ਘਟਾ ਤੇ ਸੀਟਾਂ ਵਧਾ ਉਹਦਾ ਕਾਰਨ ਇਹ ਆ ਕਿ ਜਦੋਂ ਅਸੀਂ ਪੜਦੇ ਸੀ ਹਾਲਾਂਕਿ ਅਸੀਂ ਵੀ ਕਿਹੜਾ ਕੋਈ 60 ਸਾਲ ਪਹਿਲਾਂ ਪੜਦੇ ਸੀ ਇਹ ਕੁਝ ਕੁ ਵਿਰਖਲ ਵੀ 2 ਕ ਦਹਾਕੇ ਦੇ ਵਿੱਚ ਸਾਰਾ ਕੁਝ ਫੇਰ ਬਦਲ ਹੋ ਗਿਆ ਡੇਢ ਕ ਦਹਾਕੇ ਦੇ ਵਿੱਚ ਹੀ ਹੋ ਗਿਆ ਤੇ ਹੁਣ ਕਾਲਜ ਆ ਜਿਹੜੇ ਉਹ ਇਸ ਗੱਲ ਨੂੰ ਤਰਲੇ ਮਾਰਦੇ ਵੀ ਭਾਈ ਵਿਦਿਆਰਥੀ ਆ ਜਾਣ ਤੇ ਵਿਦਿਆਰਥੀ ਜਾਣ ਨਹੀਂ ਚਾਹੁੰਦੇਗੇ ਵਿਦਿਆਰਥੀ ਆ ਜਿਹੜੇ ਉਪਦੇਸ਼ਾਂ ਦੇ ਵੱਲ ਕੋਰਸ ਲੈਣਾ ਚਾਹੁੰਦੇ ਆ ਉਹ ਜਾ ਰਹੇ ਆ ਤੇ ਆਪਾਂ ਜਾਣਦੇ ਕਿ ਪੰਜਾਬ ਦੇ ਵਿੱਚੋਂ ਪ੍ਰਵਾਸ ਆ ਜਿਹੜਾ ਉਹ ਲਗਾਤਾਰ ਹੋ ਰਿਹਾ ਇਹਦੇ ਵੱਖੋ ਵੱਖਰੇ ਕਾਰਨ ਜਿੱਥੋਂ ਬੰਦੇ ਨੂੰ ਰੋਟੀ ਮਿਲੂਗੀ ਜਿੱਥੋਂ ਬੰਦੇ ਨੂੰ ਸੁਨਹਿਰੀ ਭਵਿੱਖ ਦੀ ਆਸ ਹੋਊਗੀ ਬੰਦਾ ਜਾਊਗਾ ਦੇਖੋ ਜੇਕਰ ਅਜ ਬਿਹਾਰ ਤੇ ਯੂਪੀ ਦੇ ਜਿਹੜੇ ਆ ਮਜ਼ਦੂਰ ਉਹਨਾਂ ਨੂੰ ਪੰਜਾਬ ਦੇ ਵਿੱਚ ਆਸਾ ਵੀ ਭਾਈ ਸਾਡੀ ਇੱਥੇ ਗੱਲ ਬਣ ਜੂਗੀ ਉਹ ਇੱਥੇ ਆ ਜਾਂਦੇ ਆ ਸਾਨੂੰ ਕਿਤੇ ਹੋਰ ਦੀ ਆਸਾ ਸੀ ਉੱਥੇ ਚਲੇ ਜਾਂਦੇ ਆ ਕਿਸੇ ਨੂੰ ਰਸਾ ਪਾ ਕੇ ਰੱਖ ਨਹੀਂ ਸਕਦੇ ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਵੀ ਜੋ ਪੰਜਾਬ ਦੇ ਸਰਕਾਰੀ ਕਾਲਜ ਨੇ ਉਹਨਾਂ ਦੀ ਸਥਿਤੀ ਕੀ ਹੈ ਅੱਜ ਤੇ ਫਿਰ ਕਰਾਂਗੇ ਟਿੱਪਣੀ ਪੰਜਾਬ ਦੇ ਵਿੱਚ ਇੱਕ ਪਾਸੇ ਜਿੱਥੇ ਆਈਲੈਂਡ ਸਕੈਂਦਰਾ ਅੱਗੇ ਇਕ ਤਾਰਾਂ ਲੰਮੀਆਂ ਹੁੰਦੀਆਂ ਜਾ ਰਹੀਆਂ ਦੂਜੇ ਪਾਸੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਇਸ ਫਰਕ ਤੇ ਵਿਦੇਸ਼ ਜਾਣ ਦੀ ਖਾਹਿਸ਼ ਨੇ ਕਈ ਕਾਲਜਾਂ ਨੂੰ ਲਗਭਗ ਖਾਲੀ ਕਰ ਦਿੱਤਾ ਹੈ ਕਾਲਜ ਪ੍ਰਿੰਸੀਪਲਾਂ ਦਾ ਕਹਿਣਾ ਕਿ ਕਾਲਜ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਪਿਛਲੇ 5-6 ਸਾਲਾਂ ਦੇ ਵਿੱਚ 15 ਤੋਂ ਲੈ ਕੇ 40 ਫੀਸਦੀ ਤੱਕ ਵਾਧਾ ਦੇਖਿਆ ਗਿਆ ਮਾਸਟਰ ਜਿਹਨੂੰ ਅਸੀਂ ਐਮਏ ਪੱਧਰ ਦੇ ਕੋਰਸ ਕਹਿੰਦੇ ਆ ਉਹਦੇ ਵਿੱਚ ਦਾਖਲਾ ਲੈਣ ਦੇ ਚਾਹਵਨ ਇੰਨੇ ਘਟਨੇ ਕਿ ਕਈ ਕਾਲਜਾਂ ਨੂੰ ਇਹ ਕਲਾਸਾਂ ਬੰਦ ਕਰਨੀਆਂ ਪਈਆਂ ਨੇ ਨਕੌਦਰ ਦਾ ਗੁਰੂ ਨਾਨਕ نیشنل ਕਾਲਜ ਜੋ 1969 ਤੋਂ ਚੱਲ ਰਿਹਾ ਵਿੱਚ ਵਿਦਿਆਰਥੀਆਂ ਦੀ ਗਿਣਤੀ ਇਸ ਵੇਲੇ ਤਕਰੀਬਨ 500 ਹੈ ਜੋ ਕਿਸੇ ਵੇਲੇ 1500 ਤੋਂ ਵੱਧ ਹੁੰਦੀ ਸੀ ਪਿਛਲੇ ਸਾਲ 250 ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਕੋਰਸਾਂ ਦੇ ਲਈ ਪਹਿਲੇ ਸਾਲ ਵਿੱਚ ਦਾਖਲਾ ਲਿਆ ਸੀ ਜਦ ਕਿ ਦੂਜੇ ਸਾਲ ਦੇ ਵਿੱਚ ਇਹ ਗਿਣਤੀ 750 ਰਹਿ ਗਈ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀ ਇਹ ਕਹਿ ਕੇ ਦਾਖਲਾ ਲੈਂਦੇ ਨੇ ਕਿ ਵੀਜ਼ਾ ਆਉਣ ਤੇ ਉਹ ਕੋਰਸ ਛੱਡ ਦੇਣਗੇ ਇਸੇ ਤਰ੍ਹਾਂ ਬੀਡੀ ਆਰੀਆ ਕਾਲਜ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ 300 ਹੀ ਹੈ ਕਾਲਜ ਪ੍ਰਸ਼ਾਸਨ ਨੇ ਦਾਖਲਾ ਨਾ ਹੋਣ ਕਰਕੇ ਮਾਸਟਰਜ਼ ਬੰਦ ਕਰ ਦਿੱਤੀ ਹੈ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪਰਮਿੰਦਰ ਕੌਰ ਦਾ ਕਹਿਣਾ ਕਿ ਉਹ ਇਸ ਮੁੱਦੇ ਦੇ ਉੱਤੇ ਹਾਲ ਹੀ ਦੇ ਵਿੱਚ ਕੇਂਦਰੀ ਸਿੱਖਿਆ ਮੰਤਰੀ ਨੂੰ ਮਿਲੇ ਸਨ 1970 ਤੋਂ ਨਕੋਦਰ ਨੇ ਵਿੱਚ ਚੱਲ ਰਹੇ ਡੀਏਵੀ ਕਾਲਜ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਸਿਰਫ 450 ਰਹਿ ਗਈ ਹੈ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਇਹ ਕਾਲਜ ਇਲਾਕੇ ਵਿੱਚ ਲੋਕਾਂ ਦੀ ਵੱਡੀ ਮੰਗ ਦੇ ਉੱਤੇ ਸਥਾਪਿਤ ਹੋਇਆ ਸੀ ਕਿਸੇ ਵੇਲੇ ਇੱਥੇ ਮਹਤਪੁਰ ਨੂਰਮੈਲ ਤੇ ਸ਼ਾਹਕੋਟ ਤੋਂ ਵਿਦਿਆਰਥੀ ਪੜ੍ਹਨਾ ਆਉਂਦੇ ਸਨ ਪਰ ਹੁਣ ਵਿਦਿਆਰਥੀ ਬਸ ਉਡਾਰੀ ਮਾਰਨ ਦੇ ਲਈ ਆਉਂਦੇ ਨੇ ਜਦ ਮੌਕਾ ਮਿਲਦਾ ਉਹ ਚਲੇ ਜਾਂਦੇ ਨੇ ਪ੍ਰਿੰਸੀਪਲਾਂ ਨੇ ਕਿਹਾ ਕਿ ਸਰਕਾਰ ਨੂੰ ਬ੍ਰੇਨ ਡ੍ਰੇਨ ਰੋਕਣ ਦੇ ਲਈ ਕਦਮ ਚੁੱਕਣੇ ਚਾਹੀਦੇ ਨੇ ਇਸ ਖਬਰ 'ਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਕੁਝ ਕਾਲਜਾਂ ਦੇ ਪ੍ਰਿੰਸੀਪਲ ਇਹ ਵੀ ਗੱਲ ਕਹਿੰਦੇ ਕਿ ਅੱਜਕੱਲ ਡਿਗਰੀ ਕੋਰਸ ਦੇ ਨਾਲੋਂ ਡਿਪਲੋਮਾ ਕੋਰਸ ਦੇ ਵੱਲ ਵਿਦਿਆਰਥੀਆਂ ਦਾ ਵੱਧ ਰੁਝਾਨ ਆ ਕਿਉਂਕਿ ਉਹ 1 ਸਾਲ ਦਾ ਹੁੰਦਾ ਕਿਉਂਕਿ ਉਹ ਵਿਚਾਲੇ ਪੜ੍ਹਾਈ ਛੱਡ ਕੇ ਜਾ ਸਕਦੇ ਆ ਤੇ ਉਹ ਇਸ ਕਰਕੇ ਵੀ ਇਹ ਵੱਧ ਕੋਰਸ ਲੈਂਦੇ ਆ ਡਿਪਲੋਮਾ ਕੋਰਸ ਵੀ ਤਾਂ ਜੋ ਲਗਾਤਾਰਤਾ ਦੇ ਵਿੱਚ ਪੜ੍ਹਾਈ ਨੂੰ ਦਿਖਾਇਆ ਜਾ ਸਕੇ ਗੈਪ ਨਾ ਵਿੱਚ ਦਿਖਾਇਆ ਜਾਵੇ ਜਾਂ ਗੈਪ ਆ ਜਿਹੜਾ ਉਹ ਭਰ ਜਾਵੇ ਗੈਪ ਰਵੇ ਨਾ ਪਰ ਇਹ ਸਾਰਾ ਕੁਝ ਕਿਉਂ ਹੋ ਰਿਹਾ ਸਵਾਲ ਇਹ ਆ ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਕਾਬਲੀਅਤ ਮੁਤਾਬਕ ਰੋਜ਼ਗਾਰ ਨਹੀਂ ਮਿਲਦੇ ਜਿੰਨੀ ਦੇਰ ਤੱਕ ਸਹੀ ਤਨਖਾਹਾਂ ਨਹੀਂ ਮਿਲਦੀਆਂ ਉਨੀ ਦੇਰ ਤੱਕ ਇਹੀ ਕੁਝ ਹੋਣਾ ਜੇ ਅਸੀਂ ਇਹ ਗੱਲ ਕਰੀਏ ਕਿ ਰੋਜ਼ਗਾਰ ਮਿਲਦਾ ਰਹੇ ਆ ਆ ਦੇਖੋ ਜੀ ਇੱਥੇ ਭਰਤੀ ਹੋਈ ਆ ਆ ਦੇਖੋ ਜੀ ਐਸ ਥਾਂ ਦੇ ਉੱਤੇ ਕੰਮ ਹੋ ਸਕਦਾ ਸੀ ਕੋਈ ਬੰਦਾ ਅੱਜਕੱਲ 10-15000 ਰੁਪਏ ਦੇ ਵਿੱਚ ਗੁਜ਼ਾਰਾ ਨਹੀਂ ਕਰ ਸਕਦਾ ਮਹਿੰਗਾਈ ਇੰਨੀ ਹੋ ਗਈ ਆ ਬੰਦਾ ਕਹਿੰਦਾ ਯਾਰ ਬਾਹਰ ਜਾ ਕੇ ਮੈਂ ਕੋਈ ਵੀ ਕੰਮ ਕਰ ਲੂੰਗਾ ਮੈਨੂੰ ਇੱਕ ਵਾਰੀ ਔਖਾ ਹੋਣਾ ਪਊਗਾ 5-7 ਸਾਲ ਮੈਂ ਸੰਘਰਸ਼ ਦੇ ਨੱਕੇ ਦੇ ਵਿੱਚ ਲੰਘੂੰਗਾ ਉਸ ਤੋਂ ਬਾਅਦ ਜ਼ਿੰਦਗੀ ਰਵਾਹ ਹੋ ਜੂਗੀ ਪਰ ਇੱਥੇ ਆਖਰੀ ਦੌਰ ਤੱਕ ਸੰਘਰਸ਼ ਕਰਨਾ ਪੈਣਾ ਪਤਾ ਨਹੀਂ ਕੀ ਕੀ ਕਰਨਾ ਪੈਣਾ ਪਤਾ ਨਹੀਂ ਉਰੇ ਚ ਸਫਲ ਹੋਣਾ ਕਿ ਨਹੀਂ ਹੋਣਾ ਇਹ ਲੋਕਾਂ ਨੇ ਮਨਾਂ ਵਿੱਚ ਲੈ ਖਰਸ਼ੇ ਜਿਹੜੇ ਉਹ ਜ਼ਮੀਨਾਂ ਵਕਵਾ ਰਹੇ ਆ ਉਹ ਜਾਂ ਖਰਸ਼ਿਆਂ ਦੇ ਕਰਕੇ ਬਰਜੇਸ਼ ਮਿਸ਼ਰਾ ਵਰਗੇ ਏਜੰਟ ਪੈਦਾ ਹੋ ਰਹੇ ਆ ਇਹਨਾਂ ਖਰਸ਼ਿਆਂ ਦੇ ਕਰਕੇ ਡੌਂਕੀਆਂ ਲੱਗ ਰਹੀਆਂ ਸੋ ਇਸ ਕਰਕੇ ਪੰਜਾਬ ਨੂੰ ਜੱਕਰ ਬਚਾਉਣਾ ਤਾਂ ਕਾਬਲੀਅਤ ਮੁਤਾਬਕ ਪ੍ਰਤਿਭਾ ਦੇ ਮੁਤਾਬਕ ਰੋਜ਼ਗਾਰ ਦੇਣੇ ਪੈਣਗੇ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਕਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆ ਗਿਆ ਦਿਓ ਬਹੁਤ ਬਹੁਤ ਧੰਨਵਾਦ